ਕੈਨੇਡਾ ਜਾ ਕੇ ਪਹਿਲੀ ਗੱਡੀ ਕਿਹੜੀ ਲੈਣੀ ਚਾਹੀਦੀ ਹੈ ਤੇ ਉਹ ਗੱਡੀ ਦੀ ਕੀਮਤ ਕਿੰਨੀ ਕੁ ਹੋਣੀ ਚਾਹੀਦੀ ਹੈ ਗੱਡੀ ਵੱਡੀ ਹੋਣੀ ਚਾਹੀਦੀ ਹੈ ਜਾਂ ਛੋਟੀ ਹੋਣੀ ਚਾਹੀਦੀ ਹੈ ਵੱਡੀ ਗੱਡੀ ਲੈਣ ਦੇ ਕੀ ਨੁਕਸਾਨ ਤੇ ਕੀ ਫਾਇਦੇ ਨੇ ਛੋਟੀ ਗੱਡੀ ਲੈਣ ਦੇ ਕੀ ਫਾਇਦੇ ਨੇ ਤਾਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਵੀਡੀਓ ਨੂੰ ਸਾਰੀ ਦੇਖਿਓ ਤੇ ਪਹਿਲਾਂ ਆਪਾਂ ਨੇ ਆਪਣਾ ਦਿਨ ਦਾ ਵਲੌਗ ਦਿਖਾਇਆ ਹੋਇਆ ਹੈਗਾ ਵੀ ਆਪਾਂ ਦਿਨ ਚ ਕੰਮ ਤੇ ਗਏ ਤੇ ਫਿਰ ਉਸ ਤੋਂ ਬਾਅਦ ਚੋ ਗੱਲ ਕੀਤੀ ਆਪਾਂ ਨੇ ਗੱਡੀਆਂ ਬਾਰੇ ਜਿਹੜੇ ਕਿ ਸਟੂਡੈਂਟਸ ਆਉਣសារ ਗੱਡੀ ਸਟੂਡੈਂਟ ਨੂੰ ਕਿਹੜੀ ਲੈਣੀ ਚਾਹੀਦੀ ਹੈ ਮਿੱਤਰਾਂ ਦੀ ਵੱਲੋਂ ਸਰਦਾਰੀ ਚੈੱਕ ਕਰਨਾ ਹੈ ਮਿੱਤਰਾਂ ਦੀ ਵੱ ਅਨ ਵੈਲਕਮ ਬੈਕ ਟੂ ਅਨਦਰ ਬਲੌਗ ਗਾਈਜ਼ ਯਾਰ ਜਾਨਨੇ ਤੁਹਾਡੇ ਸਾਰਿਆਂ ਦੇ ਉੱਟ ਕੇ ਆਪਾਂ ਨਾਲੇ ਨਾ ਕੇ ਹੁਣ ਪੀਨੇ ਆ ਚਾਹ ਛੁੱਟੇ ਵੀਕਡੇਜ਼ ਚੱਲ ਪਏ ਆਪਣਾ ਸੇਮ ਰੁਟੀਨ ਹੈਗਾ ਕੱਲ੍ਹ ਵਾਲਾ ਦੀਵਾਲੀ ਵਾਲਾ ਬਲੌਗ ਲੇਟ ਹੋ ਗਿਆ ਸੀਗਾ ਉਹ ਅੱਜ ਆਊਗਾ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਕਰਦੇ ਆਪਾਂ ਟਿਫਨ ਪੈਕ ਟਿਫਨ ਪੈਕ ਕਰਕੇ ਫਿਰ ਪੀਨੇ ਆਪਾਂ ਚਾਹ ਚਾਹ ਪੀ ਕੇ ਆ ਜਾਊਗਾ ਆਪਣਾ ਮਿੱਤਰ ਜੋਗਨ ਆਪਾਂ ਨੂੰ ਲੈਣ ਉਹ ਹੀ ਸੇਵਕਾ ਲਾ ਤੇ ਚੱਲਾਂਗੇ ਉਹਦੇ ਨਾਲ ਕੰਮ ਤੇ ਅੱਜ ਆਪਾਂ ਖਾਵਾਂਗੇ ਬਲੈਕ ਬਰਬੰਕ ਲੈਨੇ ਆ ਹਲੇ ਦੇਖਦੇ ਨਾ ਦਾ ਟੇਸਟ ਕਿਹਾ ਜੇ ਉਹ ਵੀ ਰੈਡੀ ਆਪਾਂ ਹੋ ਗਏ ਹੁਣ ਆਉਣ ਵਾਲੇ ਆਪਣਾ ਫਰੈਂਡ ਤੇ ਆਪਾਂ ਚੱਲਦੇ ਆ ਬਾਹਰ ਤੇ ਤੁਹਾਨੂੰ ਦਿਖਾਉਣਾ ਮੈਂ ਗੋਰਿਆਂ ਦੇ ਘਰ ਰਿਸਮਸ ਕਰਕੇ ਉਹਨਾਂ ਨੇ ਦੀਪਦੋਪ ਮਾਲਾ ਲਾਰਕੀਆਂ ਨੇ ਵਧੀਆ ਸਜਾਰ ਕੇ ਨੇ ਜਿਵੇਂ ਹੈਲੋਇਨ ਵੇਲੇ ਕੀਤਾ ਸੀਗਾ ਤੇ ਹੁਣ ਚੱਲਦੇ ਆਪਾਂ ਬਾਹਰ ਤੇ ਪਾ ਕੇ ਆਪਣੇ ਸ਼ੂ ਸ਼ਾਸ ਚਲੋ ਵੀ ਚੱਕੀ ਆਪਣਾ ਬੈਗ ਤੇ ਚੱਲੀਏ ਆ ਗਏ ਆਪਣੇ ਬੂਟ ਆ ਗਿਆ ਆਪਣਾ ਮਿੱਤਰ ਤੇ ਆਹ ਦੇਖੋ ਗੋਰਿਆਂ ਨੇ ਕ੍ਰਿਸਮਸ ਕਰਕੇ ਲਾਰਕੀਆਂ ਨੇ ਉਹ ਆ ਗਿਆ ਬੱਤਲੇ ਬੱਦਲ ਹੋ ਰਹੇ ਨੇ ਯਾਰ ਅੱਜ ਚੱਲਦੇ ਆਂ ਕੰਮ ਤੇ ਸੇਮ ਰੂਟੀਨ ਸਾਰਾ ਕੁਝ ਸੇਮ ਆ ਰੇ ਮੈਨੂੰ ਚ ਗਿਆ ਆਪਾਂ ਕੰਮ ਤੇ ਤੇ ਆਈ ਜਾਂਦੇ ਆ ਸਾਰੇ ਅੱਜ ਯਾਰ ਬੱਦਲਬਾਈ ਹੋ ਰਹੀ ਹੈਗੀ ਅੱਜ ਠੰਡ ਹੈਗੀ ਤੇ ਮਾਨ ਹੋਰਣੇ ਲੈ ਆਉਣਾ ਉਹ ਆ ਗਿਆ ਸੱਚਾ ਵੀ ਹੋ ਗਈ ਰੂਟੀਨ ਆ ਯਾਰ ਸੇਮ ਹੋ ਗਈ ਚੱਲਦਾ ਆਪਣਾ ਆਪਾਂ ਕਰੇ ਲੋਬੀ ਪਹਿਲਾਂ ਬਣਾਉਣੀ ਆਪਾਂ ਚਾ 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 ਪੀ ਕੇ ਫਿਰ ਦੇਖਦੇ ਆ ਕੀ ਕਰਨਾ ਉਹ ਵੀ ਰੱਖਤਾ ਆਪਾਂ ਨੇ ਆਪਣਾ ਬੈਗ ਤੇ ਬਣਾ ਲਏ ਚਾਹ ਚਾ ਪੀ ਕੇ ਦੇਖਦੇ ਆ ਯਾਰ ਚੱਲਦੇ ਆਂਗੇ ਵਾਲਮਾਰਟ ਤੇ ਉੱਥੋਂ ਥੋੜਾ ਜਿਹਾ ਪ੍ਰਿੰਟ ਕਢਾ ਕੇ ਲਿਆਉਣਾਗਾ ਕੱਲ ਨੂੰ ਆਪਣੀ ਅਪਾਇੰਟਮੈਂਟ ਹੈਗੀ ਵੈਸਟਰਡੇਲ ਹੈਲਥ ਕਾਰਡ ਦੀ ਉੱਥੇ ਚੱਲਾਂਗੇ ਇੱਕ ਚੀਜ਼ ਹੋਰ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਰ ਉਹ ਅੱਧੇ ਬਲੌਗ ਤੋਂ ਬਾਅਦ ਦੱਸਾਂਗੇ ਜਿਹੜੀ ਕੱਲ ਨੂੰ ਪਹਿਲਾ ਚੀਜ਼ ਕਰਨ ਜਾਣਾਗਾ ਹੁਣ ਪੀ ਕੇ ਚਾ ਆਪਾਂ ਨਿਕਲਦੇ ਆਂ ਵਾਲਮਾਰਟ ਨੂੰ ਪਰ ਇਹ ਵਾਲਮਾਰਟ ਜਾਣ ਦਾ ਪਲਾਨ ਤਾਂ ਕੈਨਸਲ ਕਰਤਾ ਅੱਜ ਆਪਾਂ ਕੱਲ ਨੂੰ ਇਹ ਦੇਖਾਂਗੇ ਕੱਲ ਨੂੰ ਜਦੋਂ ਲੋੜ ਆਪਾਂ ਅਪਾਇੰਟਮੈਂਟ ਲਈ ਜਾਵਾਂ ਵਿਚੋਂ ਬੰਦ ਹੋ ਗਿਆ 5 ਵਜੇ ਨੂੰ ਬੰਦ ਹੋ ਜਾਂਦਾ ਹੈ ਤੇ ਆਪਾਂ ਲੇਟ ਹੋ ਗਏ ਹੁਣ ਆਪਾਂ ਗੱਲ ਕਰਦੇ ਆਂਗੇ ਯਾਰ ਵੀ ਜਿਹੜੇ ਨਵੇਂ ਸਟੂਡੈਂਟ ਆਉਂਦੇ ਨੇਗੇ ਉਹਨਾਂ ਨੂੰ ਆਨਸਾਰ ਮਤਲਬ ਕਿਹੜੀ ਗੱਟੀ ਲੈਣੀ ਚਾਹੀਦੀ ਹੈ ਲੈਣੀ ਚਾਹੀਦੀ ਹੈ ਜਾਂ ਨਹੀਂ ਲੈਣੀ ਚਾਹੀਦੀ ਕਿਹੜੀ ਚੀਜ਼ ਤੋਂ ਉਹਨਾਂ ਨੂੰ ਫਾਇਦਾ ਹੈਗਾ ਤੇ ਕਈ ਸਟੂਡੈਂਟ ਆਉਂਦੇ ਆਗੇ ਯਾਰ ਆਨਸਾਰ ਵੱਡੀ ਗੱਡੀ ਲੈ ਲੈਂਦੇ ਆ ਐਨੀ ਮੈਂ ਕਹਿੰਦਾ ਵੀ ਵੱਡੀ ਗੱਡੀ ਉਹ ਕਿਉਂ ਲੈਂਦੇ ਆ ਹਰ ਇੱਕ ਦੀ ਆਪੋ ਆਪਣੀ ਚੋਇਸ ਹੁੰਦੀ ਹੈਗੀ ਪਰ ਇੱਕ ਸਹੀ ਲੈਹ ਨਾਲ ਚੱਲਣਾ ਯਾਰ ਮਤਲਬ ਆਪਦਾ ਜੇਬ ਵੀ ਦੇਖਣੀ ਹੈ ਤੇ ਆਪਦੇ ਖਰਚੇ ਵੀ ਕੱਢਣੇ ਨੇ ਸਾਰਾ ਕੁਝ ਕਰਨਾ ਹੈਗਾ ਉਹ ਚੀਜ਼ ਦੇ ਹਿਸਾਬ ਹੰਤੇ ਨਵੇਂ ਬੰਦੇ ਆ ਕੇ ਉਹਨਾਂ ਨੂੰ ਕਿਹੜੀ ਗੱਡੀ ਲੈਣੀ ਚਾਹੀਦੀ ਹੈ ਜੀ ਕਿ ਜਿਆਦਾ ਵੈਸਟ ਰਹਿੰਦੀ ਹੈਗੀ ਜਿਹੜੀ ਯਾਰ ਗੱਡੀ ਕੰਮ ਵੀ ਦੇਵੇ ਯਾਰ ਪੈਸੇ ਵੀ ਬਣਨ ਗੱਡੀ ਨਾਲ ਉਹੀ ਗੱਡੀ ਮੇਰੇ ਹਿਸਾਬ ਨਾਲ ਤਾਂ ਲੈਣ ਦੇ ਵਿੱਚ ਫਾਇਦੇਗਾ ਯਾਰ ਕਿਉਂਕਿ ਵੱਡੀ ਗੱਡੀ ਤੇ ਯਾਰ ਹੁਣ ਜੇ ਆਪਾਂ ਐਨਸਾਰ ਮਸਟੈਂਗ ਚੱਕ ਲਈ ਪਹਿਲੀ ਗੱਲ ਤਾਂ ਉਹਦੀ ਕਿਸ਼ਤੀ ਬਹੁਤ ਜਾਣੀ ਆਗੀ ਠੀਕ ਹੈ ਇਨਸ਼ੋਰੈਂਸ ਰਹਿੰਦੇ ਕੁੰਦੇ ਹੋ ਰਿਬ੍ਰੈਂਟਨ ਦੇ ਵਿੱਚ ਇੰਟਰਸਟ ਰੇਟ ਐਨੇ ਨੇਗੇ ਤੇ ਸੋਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸੀ ਹੈਗਾ ਵੀ ਸੇਵਿਕ ਦਾ ਵੀ ਖਰਚਾ ਜੇ ਨਵੀਂ ਲੈਨੇ ਆਪਾਂ ਕਟੋ ਘੱਟ ਬਿਨਾ ਤੇਲ ਪਾਏ 1200 ਤੇ ਕਰੀਬ ਚਾਰਿਆ ਹੈਗਾ ਤੇ ਜੇ ਕੋਈ ਬੰਦਾ ਮਤਲਬ ਆ ਕੇ ਯਾਰ ਨਵੀਂ ਗੱਡੀ ਚੱਕਦਾ ਹੈ ਸਟੂਡੈਂਟਾਂ ਜਿਵੇਂ ਮਸਟੈਂਗ ਹੀ ਲਾ ਲਓ ਮਸਟੈਂਗ ਤੇ ਉੱਪਰ ਹੀਟਸ ਤੋਂ ਥੋੜੋ ਕਰ ਸਕਦਾ ਹੈ ਜਾਂ ਉੱਪਰ ਪੈਸੈਂਜਰ ਉਹ ਚੀਜ਼ ਦਾ ਬਾੜੀ ਜਿਆਦੇ ਔੜ ਲੱਗਦੀ ਹੈ ਤਾਂ ਕਰਕੇ ਬੱਟੀ ਕੱਟੀ ਲੈਣ ਦਾ ਮਤਲਬ ਉਹਰੇ ਆ ਕੇ ਸਟੂਡੈਂਟਸ ਜਿਹੜੇ ਲੈਂਦੇ ਆ ਪਰ ਚੁਆਇਸ ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਵਿੱਚੋਂ ਆਸ ਆਪੋ ਆਉਦੀ ਹੈ ਪਰ ਜੇ ਪੈਸੇ ਚ ਜਾਣਾ ਹੈ ਚਾਰ ਪੈਸੇ ਕਮਾਉਣੇ ਵੀ ਹੈ ਤਾਂ ਮੇਰੇ ਹਿਸਾਬ ਨਾਲ ਤਾਂ ਗੱਡੀ ਉਹ ਲੈਣੀ ਚਾਹੀਦੀ ਹੈ ਯਾਰ ਜਿਹੜੀ ਨਾਲ ਚਾਰ ਪੈਸੇ ਪਾੜਨੇ ਵੀ ਆਪਨ ਤੇ ਗੱਡੀ ਦੇ ਨਾਲ ਯਾਰ ਉਹਰੇ ਰਸਤੇ ਖੁੱਲੇ ਜਾਂਦੇ ਨੇ ਕੰਮ ਦੀ ਆਪਾਂ ਨੂੰ ਕੰਮ ਦੀ ਦਿੱਕਤ ਨਹੀਂ ਰਹਿੰਦੀ ਕੰਮ ਤੇ ਜਾਣ ਆਉਣ ਦੀ ਤੇ ਯਾਰ ਆਪਣੇ ਕੋਲ ਗੱਡੀ ਸਾਧਨ ਹੀ ਨਾ ਹੁੰਦਾ ਆਪਣਾ ਉਹਦੇ ਨਾਲ ਆਪਾਂ ਨੂੰ ਬਹੁਤ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਅੱਦੇ ਅੱਧਿਆਂ ਨੂੰ ਤਾਂ ਇਹੀ ਚੀਜ਼ ਕਰਕੇ ਕੰਮ ਦੀ ਦਿੱਕਤ ਪੈਂਦੀ ਹੈ ਗੱਡੀ ਕਰਕੇ ਸਾਧਨ ਕਰਕੇ ਮਤਲਬ ਕਿਈ ਵਾਰ ਦੂਰ ਕੰਮ ਮਿਲ ਜਾਂਦਾ ਹੁਣ ਸਾਨੂੰ ਪਤਾ ਹੀ ਹੈ ਉਹਰੇ ਬ੍ਰਿੰਟਨ 'ਚ ਕੰਮ ਘੱਟ ਆ ਆਲੇ-ਦਾਲੇ ਜਾਣਾ ਪੈਂਦਾ ਸਾਰੇ ਕਿਤੇ ਜਿਵੇਂ ਟੋਪਿਕ ਹੋ ਗਿਆ ਮਿਲਟਨ ਮਾਲਟਨ ਇੱਧਰ ਜਾਣਾ ਪੈਂਦਾ ਉਹਦੇ ਕਾਰਨ ਕਈ ਵਾਰ ਤਾਂ ਕੰਡੀਸ਼ਨ ਵੀ ਇਹ ਪਾਈ ਹੁੰਦੀ ਹੈਗੀ ਵੀ ਜੇ ਆਉਣ ਵੀਕ ਲੈਗਾ ਬੰਦੇ ਕੋਲੇ ਆਬਦਾ ਮਤਲਬ ਵਹੀਕਲ ਹੈਗਾ ਉਹਨੂੰ ਕਮਾਗਾ ਵੀ ਉਹ ਦੂਰ ਹੁੰਦਾ ਕੰਮ ਥੋੜਾ ਜਿਹਾ ਸੋ ਤਾਂ ਹੀ ਮੈਂ ਸਾਨੂੰ ਕਿਹਾ ਵੀ ਕੱਟੀ ਲੈਣ ਦਾ ਉਹ ਫਾਇਦਾ ਹੈ ਵੀ ਜਿਹਦੇ ਨਾਲ ਚਾਰ ਪੈਸੇ ਆਪਾਂ ਨੂੰ ਵੀ ਬਚਣ ਸੇਵਿੰਗ ਵੀ ਹੋਵੇ ਹੁਣ ਸਟੂਡੈਂਟ ਲਾਈਫ ਤਾਂ ਯਾਰ ਇੰਨੀ ਕਾਜ ਦੇ ਸੁਣਨ ਨੂੰ ਵੀ ਪਤਾ ਡਿਫਿਕਲਟੀ ਹੁੰਦੀ ਹੈ ਕੰਮ ਤੇ ਜਾਣਾ ਕਾਲਜ ਦਾ ਕੰਮ ਵੀ ਦੇਖਣਾ ਸਾਰਾ ਕੁਝ ਦੇਖਾਉਣ ਨੂੰ ਬਹੁਤ ਘੱਟ ਮਿਲਦਾ ਹੈਗਾ ਸਟੂਡੈਂਟ ਲਾਈਫ ਚ ਤਾਂ ਆਪੇ ਖਾਣਾ ਬਣਾਉਣਾ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਯਾਰ ਹੁਣ ਮੰਨ ਲਓ ਜੇ ਗੱਡੀ ਕੋਈ ਆਉਣ ਸਰ ਸਟੂਡੈਂਟ ਨਵਾਂ ਸਟੂਡੈਂਟ ਗੱਡੀ ਚਾਹਦਾ ਮਹਿੰਗੀ ਗੱਡੀ ਚੱਕ ਲਈ ਹੁਣ ਕਮਾਉਂਦਾ ਹੁ ਮਹੀਨੇ ਦਾ ਰਹੇਗਾ 2000 ਡਾਲਰ ਤੇ ਗੱਡੀ ਦੀ ਕਿਸ਼ਤ ਚੱਰੀ ਆਏਗੀ 1800 ਤਾਂ ਹੁਣ ਤੁਸੀਂ ਇਹ ਆਪੇ ਹਿਸਾਬ ਲਾ ਲਓ ਵੀ ਹੁਣ ਉਹ ਕੀ ਕਰੂਗਾ ਬੰਦਾ ਫਿਰ ਉਹਦੇ ਵਿੱਚ ਤਾਂ ਮੇਰੀ ਅਕੋਰਡਿੰਗ ਇਹਹੀ ਸੁਜੈਸ਼ਨ ਹੈ ਵੀ ਗੱਡੀ ਲਾਓ ਵਧੀਆ ਗੱਡੀ ਮਿਲ ਜਾਂਦੀ ਹੈ ਯੂਰੇ ਜੀ ਜ਼ਿਆਦਾ ਪੈਸੇ ਨਹੀਂ ਲਾਉਣੇ 2000 2500 ਤੱਕ ਵਧੀਆ ਗੱਡੀ ਮਿਲ ਜਾਂਦੀ ਆ ਆਉਣ ਜਾਣ ਵਾਸਤੇ ਇਦਰੇ ਨਹੀਂ ਜਾਂਦੀ ਕੰਮ ਤੇ ਜੇ ਬੰਦਾ ਦੋ ਕੰਮ ਵੀ ਲੈ ਮਿਲਦੇ ਆ ਬੰਦੇ ਨੂੰ ਤਾਂ ਗੱਡੀ ਦੇ ਨਾਲ ਹੋਣ ਦੇ ਨਾਲ ਬੰਦਾ ਕਰ ਸਕਦਾ ਹੈਗਾ ਦੋ ਕੰਮ ਵੀ ਮੰਨ ਲੈ ਇੱਕ ਸ਼ਿਫਟ ਖਤਮ ਕਰਕੇ ਮਾਰਨਿੰਗ ਸ਼ਿਫਟ ਖਤਮ ਕਰਕੇ ਤਾਂ ਈਵਨਿੰਗ ਲਾ ਸਕਦਾ ਹੈਗਾ ਉਹਦੇ ਨਾਲ ਵੀ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ ਹੈ ਤਾਂ ਮੇਰੇ ਅਕੋਰਡਿੰਗ ਤਾਂ ਯਾਰ ਕਿਸੇ ਨੂੰ ਦੇਖ ਕੇ ਮਤਲਬ ਉਹਦੇ ਉੱਤੋਂ ਦੀ ਉਹਨੂੰ ਆਪਦੇ ਆਪ ਨੂੰ ਉਹ ਚੀਜ਼ ਕਰਨੀ ਕਿਸੇ ਨੂੰ ਦੇਖ ਕੇ ਚੱਲਣ ਦਾ ਯਾਰ ਉਰੇ ਕੈਨੇਡਾ ਦੇ ਵਿੱਚ ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂ ਹੈਗਾ ਬੰਦੇ ਨੂੰ ਆਪਦੇ ਹਿਸਾਬ ਨਾਲ ਆਪਣੀ ਜੇਬ ਦੇ ਹਿਸਾਬ ਨਾਲ ਖਰਚਾ ਦੇਖ ਕੇ ਚੱਲਣਾ ਚਾਹੀਦਾਗਾ ਕਿਉਂਕਿ ਯਾਰ ਕਿਸੇ ਨੇ ਮੇਰੀ ਗੱਡੀ ਦੀ ਹੁਣ ਕਿਸ਼ਤ ਕੋਈ ਤੋਰ ਤੋੜ ਉਹ ਦਊਗਾ ਉਹ ਤਾਂ ਮੈਨੂੰ ਹੀ ਭਰਨੀ ਪੈਣੀ ਨਾ ਗੱਡੀ ਹਮੇਸ਼ਾ ਬੰਦੇ ਨੂੰ ਉਹ ਲੈਣੀ ਚਾਹੀਦੀ ਹੈ ਯਾਰ ਵੀ ਜਿਹੜੀ ਬੋਝ ਨਾ ਬਣੇ ਜਿਸ ਦੀ ਆਪਾਂ ਨੂੰ ਟੈਨਸ਼ਨ ਨਾ ਹੋਵੇ ਆਰਾਮ ਨਾਲ ਆ ਕੇ ਆਪਾਂ ਸੌ ਸਕੀਏ ਉਹ ਗੱਡੀ ਉਹਰੇ ਆ ਕੇ ਸਟੂਡੈਂਟ ਨੂੰ ਜਾਂ ਕਿਸੇ ਨੂੰ ਵੀ ਲੈਣ ਚ ਫਾਇਦਾ ਹੈਗਾ ਜਿਹੜੀ ਗੱਡੀ ਆਪਣੇ ਸਿਰ ਤੇ ਬੋੜਨ ਨਾ ਬਣੀ ਹੁਣ ਜਿਹੜੀ ਵੀਡੀਓ ਮੈਂ ਕੱਲ ਪਾਈ ਸੀ ਉਹ ਆਪਣੇ ਬਾਈ ਨੇ ਨਵੀਂ ਗੱਡੀ ਲਈ ਹੈਗੀ ਤਾਂ ਉਹਨੇ ਆਪਾਂ ਨੂੰ ਖਰਚਾ ਵੀ ਦੱਸਿਆਗਾ ਵੀ ਜੇ ਨਵੀਂ ਗੱਡੀ ਚੱਕੀ ਉਹਨੇ ਨਵੀਂ ਗੱਡੀ ਦਾ ਖਰਚਾ ਆ ਰਿਹਾ ਮੰਨ ਲਓ ਵੀ 1200 ਉਹਦਾ Honda Civic ਦਾ ਇਹੀ ਜੀਆਂ ਗੱਡੀਆਂ ਲੈਣ ਚ ਫਾਇਦਾ ਹੈ ਯਾਰ ਜਿਵੇਂ ਹਾਰਡ ਹੋਗੀ ਇਹੀ ਦੀ ਕੋਈ ਚੱਲਦੀ ਦੇਖ ਲੈ ਕੈਮਰੀ ਜਿਹਦੇ ਨਾਲ ਬੰਦਾ ਉੱਪਰ 8s ਵੀ ਕਰ ਸਕਦਾ ਹੈ ਉੱਪਰ ਪੈਸੈਂਜਰ ਵੀ ਕਰ ਸਕਦਾ ਹੈ ਜਿਹਦੇ ਨਾਲ ਚਾਰ ਪੈਸੇ ਜੀਪ ਚ ਪੈਂਦੇ ਵੀ ਨੇ ਹੁਣ ਵੱਡੀ ਗੱਡੀ ਚਾਕੇ ਯਾਰ ਉੱਪਰ ਪੈਸੈਂਜਰ ਕਰਨ ਨੂੰ ਤਾਂ ਪਰ ਰਹੇ ਸੋ ਤਾਂ ਕਰਕੇ ਮੇਰੇ ਅਕੋਰਡਿੰਗ ਤਾਂ ਇਹੀ ਜੀ ਗੱਡੀ ਦੇਖੇ ਸਟੂਡੈਂਟ ਜਿਹੜਾ ਵੀ ਆਉਂਦਾ ਸਟੂਡੈਂਟ ਯਾਰ ਆਨਸਰ ਲਾਈਫ ਸਟੂਡੈਂਟ ਪਹਿਲੀ ਗੱਲ ਤਾਂ ਬਹੁਤ ਡਿਫਿਕਲਟ ਹੁੰਦੀ ਹੈ ਕਿਸੇ ਹੋਰ ਦੇਸ਼ ਤੋਂ ਆ ਕੇ ਹੋਰ ਨਵੀਂ ਜਗ੍ਹਾ ਤੇ ਵਸਣਾ ਜਮਾ ਜ਼ੀਰੋ ਤੋਂ ਸਟਾਰਟ ਕਰਨਾ ਬਹੁਤ ਔਖੀ ਗੱਲ ਹੁੰਦੀ ਹੈ ਯਾਰ ਬਹੁਤ ਵੱਡੀ ਗੱਲ ਹੋ ਜਾਂਦੀ ਹੈਗੀ ਵੱਡੀ ਗੱਡੀ ਲੈਣਾ ਯਾਰ ਕਿਸੇ ਦਾ ਮਤਲਬ ਐ ਨਹੀਂ ਕਹਿੰਦੇ ਵੀ ਆਪਾਂ ਵੀ ਵੱਡੀ ਗੱਡੀ ਨਾ ਲਵੋ ਜਾਂ ਨਹੀਂ ਲੈਣੀ ਕਿਸੇ ਨੇ ਤਾਂ ਮੇਰੇ ਹਿਸਾਬ ਨਾਲ ਤਾਂ ਯਾਰ ਬੰਦੇ ਨੂੰ ਉਦੋਂ ਗੱਡੀ ਵਧੀਆ ਵੱਡੀ ਲੈਣੀ ਚਾਹੀਦੀ ਹੈ ਇੱਥੇ ਜਦੋਂ ਮਤਲਬ ਬੰਦਾ ਵਧੀਆ ਆਪਦਾ ਕੋਈ ਕੰਮ ਹੋ ਜੇ ਵਧੀਆ ਸਕਸੈਸ ਹੋ ਜੇ ਬੰਦਾ ਉਦੋਂ ਵੱਡੀ ਗੱਡੀ ਲੈਣ ਦੇ ਵਿੱਚ ਫਾਇਦਾ ਹੈਗਾ ਬਾਕੀ ਯਾਰ ਸੋਨੂ ਓਰੇ ਦੇ ਸਿਸਟਮ ਦਾ ਤਾਂ ਪਤੀ ਹੈ ਓਰੇ ਵੀ ਕੋਈ ਵੀ ਚੀਜ਼ ਲੈਣੀ ਮਤਲਬ ਡਿਫਿਕਲਟ ਨਹੀਂ ਹੈਗੀ ਓਰੇ ਤਾਂ ਚਾਹੇ ਤੁਸੀਂ ਆ ਕੇ ਜੀ ਵੈਗਨ ਚੱਕ ਲੋ ਗੱਡੀ ਦਾ ਸੋਨੂ ਜੀ ਵੈਗਨ ਵੀ ਮਿਲ ਜਾਣੀ ਹੈ ਗੱਲ ਤਾਂ ਫੇਰ ਉੱਥੇ ਆ ਜਿੰਨੇ ਹਰ ਇੱਕ ਚੀਜ਼ ਤੌਰੇ ਕਿਸ਼ਤਾਂ ਤੇ ਮਿਲਦੀ ਆਗੀ ਕੱਲ ਫੇਰ ਖਰਚੇ ਤੇ ਆ ਖੜਤੀ ਆ ਵੀ ਜਦ ਕੰਮ ਤਾਂ ਆਪਾਂ 2000 ਦਾ ਕਰ ਰਹੇ ਆ ਜਦ ਕਿਸ਼ਤੀ 1800 ਹੋ ਜਾਈਗੀ ਫਿਰ ਜੇਬ ਚ ਕੀ ਬੂ ਖਾਣਾ ਵੀ ਆ ਰਹਿਣਾ ਵੀਰ ਰੈਂਟ ਗਰੋਸਰੀਆਂ ਦੇ ਤਾਂ ਰੇਟ ਅੱਗੀ ਅੱਪ ਹੋਏ ਪਏ ਨੇਗੇ ਉਰੇ ਸੋ ਤਾਂ ਹੀ ਮੈਂ ਸੋਚਿਆ ਵੀ ਚੱਲ ਅੱਜ ਵੀਡੀਓ ਬਣਾਉਣਾ ਵੀ ਸਟੂਡੈਂਟ ਜਿਹੜਾ ਨਵਾਂ ਆਉਂਦਾ ਜਾਂ ਕੋਈ ਵੀ ਨਵਾਂ ਬੰਦਾ ਉਰੇ ਆਉਂਦਾ ਤਾਂ ਉਹਨੂੰ ਆ ਕੇ ਕਿਹੜੀ ਗੱਡੀ ਲੈਣ ਦੇ ਵਿੱਚ ਫਾਇਦਾ ਸੋ ਮੈਂ ਆਪਦਾ ਸੁਜੈਸ਼ਨ ਤੁਹਾਨੂੰ ਦੇਤਾ ਅੱਗੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਆਪਣੀ ਵੀਡੀਓ ਨੂੰ ਜਿਹੜੇ ਅੱਗੇ 2024 ਦੇ ਵਿੱਚ ਕੈਨੇਡਾ ਆ ਰਹੇ ਨੇ 23 ਦਾ ਹੁਣ ਬਸ ਐਂਡ ਹੋਣ ਵਾਲਾ ਮਹੀਨਾ ਕਰਿਆ ਗਿਆ ਤੇ ਠੰਡ ਵੀ ਵੱਧਦੀ ਜਾਂਦੀ ਹੈ ਯਾਰ ਬਾਰੇ ਤੇ ਹਲੇ ਤੱਕ ਫ੍ਰੀਜ਼ਿੰਗ ਰੇਨ ਹੋਈ ਹੈ ਸਨੋ ਉਹਦੇ ਵੀ ਅੱਗੇ ਸਾਨੂੰ ਦਿਖਾਵਾ ਹੈ ਜੇ ਸਨੋ ਪਊਗੀ ਪੂਰਾ ਹਾਲ ਹੋ ਜਾਂਦਾ ਕਹਿੰਦੇ ਉਹ ਪੂਰਾ ਸਟਰੋਂਗ ਸਟੂਰਮ ਆਉਂਦੇ ਨੇ ਕਿ ਬਰਫ ਦੇ ਪੂਰਾ ਬੰਦ ਹੋ ਜਾਂਦਾ ਹੈਗਾ ਕੰਮ ਤੇ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਤੁਹਾਨੂੰ ਮਿਲਦੇ ਆਂ ਕੱਲ ਨੂੰ ਇੱਕ ਨਵੀਂ ਹੋਰ ਵੀਡੀਓ ਦੇ ਵਿੱਚ ਤਾਂ ਜੁੜੇ ਰਹੋ ਆਪਣੇ ਨਾਲ ਬਾਏ ਬਾਏ えっ <music>